ਏ ਆਕਾਸ਼ਵਾਣੀ ਜੰਮੂ ਹੈ ਬੜਲੇ ਖਬਰਾਂ ਚ ਤੁੰਦਾ ਸਵਾਗਤ ਪਹਿਲੇ ਖਾਸ ਖਬਰਾਂ ਕਨੇ ਮੈਂ ਵਿਜੇ ਪਜਾਜ ਲੈਫਟਨੈਂਟ ਗਵਰਨਰ ਮਨੋਤ ਸਿਨੌਰੇ ਆਖਿਆ ਜੋ ਜੰਮੂ ਕਸ਼ਮੀਰ ਸਰਕਾਰ ਮਹਿਲਾਇਂ ਦੇ ਸਸ਼ਕਤੀਕਰਨ ਤੇ ਲਿੰਗਿਕ ਬਰੋਬਰੀ ਲਈ ਪੂਰੀ ਚਾਲੀ ਸਮਰਪਿਤ ਹੈ ਯੁੱਧ ਪ੍ਰਭਾਵਿਤ ਇਜ਼ਰਾਈਲ ਥਮਾ ਅਜੇ ਤੋੜੀ 900 ਕੁਲਾ ਮਤੇ ਪਾਰ ਤੀਂਗੀ ਆਪਰੇਸ਼ਨ ਅਜੇ ਤਹਿਤ ਮੁਲਕ ਵਾਪਸ ਲਈ ਜਾਂਦਾ ਗਿਆ ਮੁਖ ਸਟਿਵ ਨੇ ਕਟੜਾ ਚ ਸਲਾਣਾ ਨਰਾਤਾ ਉਤਸਵ 2023 ਦਾ ਉਦਘਾਟਨ ਕੀਤਾ ਉਤਸਵ ਦੌਰਾਨ ਕਈ ਸਾਂਸਕ੍ਰਿਤਿਕ ਧਾਰਮਿਕ ਰਿਵਾਇਤੀ ਤੇ ਲੋਕ ਕਲਾਇਆਂ ਪਰ ਆਧਾਰਿਤ ਆਯੋਜਨ ਕੀਤੇ ਜਾ ਕਰ ਦਿਨ ਅੱਜ ਦੂਏ ਨਰਾਤੇ ਦੇ ਮੌਕੇ ਪਰ ਮਾ ਦੁਰਗਾ ਦੇ ਬ੍ਰਹਮਚਾਰਨੀ ਰੂਪ ਦੀ ਪੂਜਾ ਅਰਚਨਾ ਕੀਤੀ ਜਾ ਕਰਦੀ ਹੈ ਤੇ ਆਰਐਸਐਸ ਪ੍ਰਮੁਖ ਮੋਹਨ ਭਗਵਤੋ ਨੇ ਆਖਿਆ ਜੇ ਸਮਾਜ ਤੇ ਮੁਲਕ ਦੀ ਸੁਰੱਖਿਆ ਕੀ ਨੁਕਸਾਨ ਪਹਾਨੇ ਵਾਲੇ ਕਰਨੇ ਪੂਰੀ ਸਖਤੀ ਕਨੇ ਨਿਬੜਿਆ ਜਾਣਾ ਲੋੜ ਚਦਾ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ उपराज्यपाल मनोज सिन्हा होर महीने के त्री एतव प्रसारित तो होने वाले अपने रेडियो कार्यक्रम आवाम की आवाज की कत्मीं किश्त की जम्मू कश्मीर च महिला सशक्तिकरण से शक्ति नारी शक्ति आसिया जाकर दे बदलाव के ना नरातें शुरुआत शुरूआत मौके पर प्रसारित इस कार्यक्रम चुने नारी शक्ति दी तुलना मां दुर्गा के करते हुए आख्या महिलाएं दे सशक्तिकरण ते उन्नी समर्थ का प्रतीक न ने लिंग समानता की यकीनी बनाया सकता है कार्यक्रम चुने और प्रेरणा देने वाली महिला ਉਤਮੀ ਦੀਆਂ ਉਪਲਬਧੀਆਂ ਕੀ ਵੀ ਉਜਾਕਰ ਕੀਤਾ ਉਹਨੇ ਜੰਮੂ ਕਸ਼ਮੀਰ ਦੇ సాంస్క੍ਰਿਤਿਕ ਤੇ ਕਲਾਤਮਕ ਵਿਰਸੇ ਕੀ ਮਜ਼ਬੂਤੀ ਦੇਣ ਲਈ ਸੰਚਿਤਾ ਪ੍ਰਦਾਨ ਖਜੂਰੀਆ ਤੇ ਮਾਨਸੀ ਗੁਪਤਾ ਦੀ ਸਰਾਹਨਾ ਕੀਤੀ ਤੇ ਬਸੋਲੀ ਤੇ ਬਿੰਨਾ ਆਟ ਕੀ ਬੜਾ ਵਾਦੇ ਨੇ ਲਈ ਸੰਚਿਤਾ ਹੁੰਦਾ ਵੀ ਨਾ ਲਈਏ ਜ਼ਿਕਰ ਕੀਤਾ युद्ध थमा प्रभावित इजरायल सवम भारतीय नागरिकें और हो जहाज कल भारत पुजे दौ सौ चुहत्र भारतीय ये ऑपरेशन अजय तहत चौथी डोरी दिल्ली के इंदिरा गांधी अंतर्राष्ट्रीय पर पुजी जिथे केन्द्रीय मंत्री जनरल वी के सिंह होत्रियों का स्वागत किया इस मौके उन्होंने आखरायल फसे भारतीय की आनने का सिलसिला उच्चर तोड़ी जारी रोग जिचर सब भारतीय सुरक्षित ढंगे ने मुल्क वापस नहीं पुजे जन् अजे तोड़ी कुल नौ सौ बताली भारतीयों की युद्धग्रस्त इलाकें चा सुरक्षित क्डिए वापस ले आंदा गया, गया। इजराइल च लगभग अठारह हजार भारतीय मुल्क वापस आने ऑपरेशन अज की शुरुआत की थी थी थी। विदेश मंत्रालय ने चौबी घंटे चलने आला एक कंट्रोल रूम भी बनाया है जिथे भारतीय नागरिक टोल फ्री नंबर एक अट्ठ सिफर सिफर 118797 ਉਪਰ ਸੰਪਰਕ ਕਰ ਸਕਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਜੇ ਅਤੰਗਵਾਦ ਗੁੱਟ ਹਮਾਸ ਸਭ ਨੇ ਫਿਲਸਤੀਨੀ ਲੋਕਾਂ ਕੀ ਨੀਂ ਨੀਂ ਦਰਸ਼ਾਂਦਾ ਬਾਈਡਨ ਨੇ ਜ਼ੋਰ ਦੇ ਕੇ ਆਖਿਆ ਜੇ ਹਮਾਸ ਦਾ ਪੂਰੀ ਚਾਲੀ ਖਾਤਮਾ ਕੀਤਾ ਜਾਣਾ ਲੋੜਤਾ ਉਹਨੇ ਚੇਤਾਵਨੀ ਦਿੱਤੀ ਜੇ ਗਾਜ਼ਾ ਪਰ ਇਜ਼ਰਾਈਲ ਦਾ ਕਬਜ਼ਾ ਇੱਕ ਵੱਡੀ ਗਲਤੀ ਹੋਗ ਬਾਈਡਨ ਨੇ ਆਖਿਆ ਜੇ ਉਹ ਮਨੁੱਖੀ ਗਲਿਆਰੇ ਦਾ ਸਮਰਥਨ ਕਰ ਦੇਣ ਜੇ ਲੋਕਾਂ ਕੀ ਗਾਜ਼ਾ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਤੇ ਰੋਟੀ ਪਾਣੀ ਸਣੇ ਮਨੁੱਖੀ ਸਹਾਇਤਾ ਉਪਲਬਧ ਕਰਵਾਇਆ ਜਾ ਸਕਦੀ ਹੈ ਉਹਨੇ ਆਖਿਆ ਜੇ ਉਹਨੇ ਕੀ ਭਰੋਸਾ ਹੈ ਜੇ ਇਜ਼ਰਾਈਲ ਜੰਗ ਦੇ ਨਿਯਮਿਤ ਤਹਿਤ ਕੰਮ ਕਰੂਗਾ ਬਾਈਡਨ ਨੂੰ ਦਾ ਇਹ ਬਿਆਨ ਨੇ ਸਮੇਂ ਪਰ ਆਇਆ ਜਿਸ ਲਈ ਸੰਘਰਸ਼ ਦੀ ਸ਼ੁਰੂਆਤ ਥਮਾ ਗਏ ਸਭ ਨੇ ਅੰਤਰਰਾਸ਼ਟਰੀ ਮਾਨਦੰਡਾਂ ਦੀ ਉਲੰਘਣਾ ਲਈ ਇਜ਼ਰਾਈਲ ਦੀ ਨਿੰਦਿਆ ਕੀਤੀ ਜਾ ਕਰਦੀ ਹੈ ਪੋਪ ਫਰਾਂਸਿਸ ਸਨੇ ਔਰ ਨੇ ਪ੍ਰਮੁੱਖ ਲੋਕਾਂ ਵੀ ਇਜ਼ਰਾਈਲ ਕੀ ਮਨੁੱਖੀ ਗਲਿਆਰਾ ਖੋਲਨੇ ਲਈ ਆਖਿਆ ਉਹਨੇ ਆਖਿਆ ਜੇ ਮਨੁੱਖੀ ਅਧਿਕਾਰ ਨੇ ਦਾ ਸਨਮਾਨ ਕੀਤਾ ਜਾਣਾ ਲੋੜਦਾ ਵੈਟਿਕਨ ਨੇ ਵਿਪਤਾ ਦੇ ਇਸ ਘੜੀ ਚ ਪੈਂਚੀ ਪਾਣੇ ਦੀ ਪੇਸ਼ਕਸ਼ ਕੀਤੀ ਹੈ ਤੁਹਾਨੂੰ ਸੰਯੁਕਤ ਰਾਸ਼ਟਰ ਨੇ ਇਹ ਤਾਂ ਆਪਨੇ ਦਿੱਤੀ ਹੈ ਜੇ ਗਾਜ਼ਾ ਦੇ ਹਸਪਤਾਲਾਂ 'ਚ ਛੜਾ 24 ਘੰਟੇ ਦੇ ਇੰਦਨ ਦਾ ਭੰਡਾਰ ਬਾਕੀ ਹੈ ਬੈਕਅਪ ਜਨਰੇਟਰ ਬੰਦ ਹੋਣੇ ਕਰੀ ਜ਼ਾਰੇ ਬੱਦੇ ਮਰੀਜ਼ਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ ਬੜੀ ਮਤੀ ਚੈਲ ਪੈਲ ਰੌਣਕ ਸਜਾਵਟ ਤੇ ਪਕਤੀ ਪਾਵ ਕਨੇ ਪਰੋਚ ਦੇ ਮੋਲ ਚ ਕਲ ਮੁਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤਾ ਹੋਰੇ ਯੋਗ ਆਸ਼ਰਮ ਕਟਰਾ ਚ ਨਰਾਤਾ ਉਤਸਵ 2023 ਦਾ ਉਦਘਾਟਨ ਕੀਤਾ ਪਾਰੰਪਰਿਕ ਪੂਜਾ ਅਰਚਨਾ ਤੇ ਮੰਤਰੋਚਾਰਨ ਦੇ ਚਲਦੇ ਇਸ ਸਲਾਨਾ ਉਤਸਵ ਦੀ ਸ਼ੁਰੂਆਤ ਹੋਈ ਇਸ ਮੌਕੇ ਨਾਮਵਰ ਕਲਾਕਾਰੇ ਸੰਸਕ੍ਰਿਤਿਕ ਤੇ ਪਕਤੀ ਗੀਤ ਸੰਗੀਤ ਦੀ ਪ੍ਰਸਤੁਤੀ ਕਨੇ ਮੌਜੂਦ ਲੋਕੇ ਦਾ ਮਨ ਪਰਚਾਈ ਲੈਤਾ ਇਸ ਮੌਕੇ ਮੁਖ ਸਚਿਵ ਹੋਰੇ ਕਟਰਾ ਪੂਜਨੇ ਵਾਲੇ ਹਰ ਸੈਲਾਨੀ ਕੀ ਮਿਆਰੀ ਸੁਵਿਧਾ ਉਪਲਬਧ ਕਰਾਣੇ ਦੇ ਪ੍ਰਸ਼ਾਸਨ दे ते ये फी पका की दे सब ने सबने नरातें दबारक दी इस मौके पर मौजूद डिविजनल कमिश्नर जम्मू रमेश कुमार और श्री माता वैष्णो देवी श्राइन बोर्ड दे सैलसफा महकमे आसिया इस उत्सव कि बंदोबस्त की बंदो सराहना की थी। नौ दिन दे इस उत्सव के मुख्य आकर्षण च रामलीला कुल भारत भेंट गायन प्रतियोगिता भागवत कथा प्रभात फेरियां शोभायात्रा माता की कहानी का मंचन लेजर शो कुश्ती प्रतियोगिता हास्य व्यंग प्रतियोगिता कवि सम्मेलन विशेष भक्ति ਰਤ ਦੇ ਵਿਵਾਂਗ ਬੱਚਿਆਂ ਸਿਆ ਪ੍ਰਸਤੁਤ ਵਿਸ਼ੇਸ਼ ਕਾਰਜਕ੍ਰਮ ਵੀ ਸ਼ਾਮਲ ਨ ਅੱਜ ধੂਆ ਨਰਾਤਾ ਹੈ ਅਜ ਦੇ ਰੋਜ਼ ਮਾਂ ਦੁਰਗਾ ਦੇ ਬ੍ਰਹਮਚਾਰਨੀ ਰੂਪ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਇਸ ਰੂਪ ਲਈ ਬ੍ਰਹਮ ਸ਼ਬਦ ਦਾ ਇਸਤੇਮਾਲ ਤਪ ਲਈ ਕੀਤਾ ਕਿ ਤਾਪ ਦੇ ਵਿਵਹਾਰ ਦੀ ਪਾਲਣਾ ਕਰਨੇ ਕਾਰਨ ਮਾਂ ਦੇਸ ਰੂਪ ਕੀ ਬ੍ਰਹਮਚਾਰਨੀ ਨਾ ਦਿੱਤਾ ਗਿਆ ਮਾਂ ਦੇਸ ਰੂਪ ਚ ਉਹਦੇ ਸੱਜਿਆ ਥੈ ਚ ਜਾਪ ਕਰਨੇ ਵਾਲੀ ਮਾਲਾ ਤੇ ਖੱਬੈ ਥੈ ਚ ਕਰਮੰਡਲ ਪੁਰਾਣਿਕ ਕਥਾਏ ਮੁਜਬ ਇਹ ਸ੍ਰੂਪ ਮਾਂ ਦੁਰਗਾ ਦਾ ਉਸ ਸਮੇਂ ਦਾ ਜਦੋਂ ਹਿਮਾਲੇ ਪੁਤਰੀਆਂ ਤੇ ਸ਼ਿਵੇਂਗੀ ਪਤੀ ਰੂਪ ਚ ਪਾਣੇ ਲਈ ਉਹਨੇ ਤਪ ਕੀਤਾ ਤੇ ਕੰਦਮੂਲ ਖਾਈ ਇਹ ਤਪਸਿਆ ਕੀਤੀ ਮੰਨਤਾ ਹੈ ਜੇ ਬ੍ਰਹਮਚਾਰਨੀ ਰੂਪ ਦੀ ਅਰਾਧਨਾ ਕਰਨੇ ਅਨੰਤ ਫਲ ਪ੍ਰਾਪਤੀ ਹੁੰਦੀ ਹੈ ਤੇ ਸਬਰ ਸਦਾਚਾਰ ਤਿਆਗ ਜਰਨੀਕ ਪੁਨੇ ਨੇ ਗੁਣੇ ਚ ਵਾਧਾ ਹੁੰਦਾ ਹੈ ਤੇ ਹਰ ਖੇਤਰ ਚ ਸਿੱਧੀ ਤੇ ਵਿਜੇ ਦੀ ਪ੍ਰਾਪਤੀ ਹੁੰਦੀ ਹੈ ਦੇਸ਼ਾ ਦੇ ਹੋਰ ਨੇ ਸਿਆਲਾ ਲੇਖਾ ਨਰਾਤੇ ਦਾ ਪਰਵ ਸਾਂਬਾ ਜ਼ਿਲ੍ਹੇ ਚ ਵੀ ਧਾਰਮਿਕ ਸ਼ਰਧਾ ਤੇ ਖੁਸ਼ੀ ਕਨੇ ਮਨਾਇਆ ਜਾਂਦਾ ਹੈ ਜ਼ਿਲ੍ਹੇ ਦੇ ਮਸ਼ਹੂਰ ਚੀਚੀ ਮਾਤਾ ਮੰਦਰ ਹੈ ਚ ਨਰਾਤੇ ਦੌਰਾਨ ਸ਼ਰਧਾਲੂਆਂ ਦਾ ਭਾਰੀ ਰਸ਼ ਦੇਖਣੇ ਗਿਲਾ ਬਗਰਦਾ ਹੈ ਇਸ ਬਾਰੇ ਹੋਰ ਜਾਣਕਾਰੀ ਦਿਆ ਕਰਦੇ ਨੇ ਸਾਡੇ ਜ਼ਿਲ੍ਹਾ ਸੰਵਾਦਦਾਤਾ ਇਹਨ ਨਵੇਂ ਦਿਨੇ ਦੇ ਨਰਾਤੇਪੂ ਜ਼ਿਲ੍ਹਾ ਸਾਂਭਾ ਦੇ ਇਤਿਹਾਸਿਕ ਚੀਚੀ ਮਾਤਾ ਮੰਦਰ ਚ ਵੀ ਪਿਛਲੇ ਕੱਲ੍ਹ ਸਮਾਂ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣੇ ਦੀ ਲੱਭਾ ਕਰਦੀ ਹੈ 9 ਦਿਨ ਚੱਲਣ ਵਾਲੇ ਇਹਨ ਨਰਾਤੇ ਦੌਰਾਨ ਸਾਂਭਾ ਜ਼ਿਲ੍ਹਾ ਇੰਤਜ਼ਾਮੀਆਂ ਪਾਸਿਆ ਸੇਤ ਸੁਵਿਧਾ ਪੀਣੇ ਦਾ ਪਾਣੀ 24 ਘੰਟੇ ਬਿਜਲੀ ਵਗੈਰਾ ਦੀਆਂ ਸਭੇ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਨੇ ਤੋਂ ਸ਼ਰਧਾਲੂਆਂ ਦੀ ਸੁਵਿਧਾ ਹਸਤੇ ਮੰਦਰ ਕਮੇਟੀ ਪਾਸਿਆ ਮੁਫਤ ਲੰਗਰ ਦੀ ਵਿਵਸਥਾ ਵੀ ਜਾਰੀ ਹੈ ਤੇ ਸਾਂਭਾ ਜ਼ਿਲ੍ਹਾ ਪੁਲਿਸ ਪਾਸਿਆ ਮੰਦਰ ਪਰਿਸ਼ਦ ਤੇ ਇਸ ਦੇ ਆਲੇ ਦੁਆਲੇ ਦੀ ਸੁਰੱਖਿਆ ਵਿਵਸਥਾ ਵੀ ਮਜ਼ਬੂਤ ਕੀਤੀ ਗਈ ਹੈ ਸੰਬਧਮ ਸਤਪਾਲ ਸ਼ਰਮ ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂਪਰਾ ਸੁਣਾ ਰਿਹਾ ਬਾਕੀ ਦੀਆਂ ਖਬਰਾਂ ਕਰਨੇ ਫਿਜੇ ਪਜਾਜ ਹਰ ਇੱਕ ਨਾਗਰਿਕ ਸਮਾਜ ਤੇ ਸਮੁੱਚੇ ਮੁਲਕਾ ਦੀ ਸੁਰੱਖਿਆ ਕੀ ਸਭਨੇਸ਼ਾ ਪਹਿਲੀ ਤਰਜੀਹ ਦਾ ਵਿਸ਼ੇ ਕਰਾਰ ਦਿੰਦੀ ਹੋਈ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਦੇ ਪ੍ਰਮੁਖ ਮੋਹਨ ਭਾਗਵਤੋ ਰੇ ਆਖਿਆ ਜੇ ਇਹਦੇ ਲਈ ਖਤਰਾ ਪੈਦਾ ਕਰਨੇ ਜਾਂ ਨੁਕਸਾਨ ਪੁਜਾਨੇ ਵਾਲੇ ਕਰਨੇ ਪੂਰੀ ਤਗੜਿਆਈ ਤੇ ਸਖਤੀ ਕਰਨੇ ਨਿਭੜਿਆ ਜਾਣਾ ਲੋੜ ਚਦਾ ਹੈ ਕਲਕੱਟੂਆ ਦੇ ਖੇਡ ਸਟੇਡੀਅਮ 'ਚ ਮੌਜੂਦ ਕਠੂਆ, ਸੰਬਾ, ਬਿਲਾਵਰ, ਬਨੀ ਤੇ ਬਸੋਲੀ ਥਮਾ ਆਏ ਦੇ ਸਵੈਮ ਸੇਵਕਾਂ ਕੀ ਸੰਬੋਧਿਤ ਕਰਦੀ ਹੋਈ ਮੋਹਨ ਭਾਗਵਤੋ ਨੇ ਸਭਨੇ ਦੀ ਇਕਤਾ ਤੇ ਮੁਲਕ ਦੀ ਰਾਖੀ ਲਈ ਕੰਮ ਕਰਨ ਦੀ ਜ਼ਰੂਰਤ 'ਤੇ ਬਰਜ਼ੋਰ ਦਿੰਦੀ ਹੋਈ ਆਖਿਆ ਜੇ ਰਾਸ਼ਟਰ ਸਭਨੇਸ਼ਾ ਉੱਪਰ ਹੈ ਤੇ ਇਹਦੀ ਆਨ-ਬਾਨ-ਸ਼ਾਨ ਤੇ ਸੁਰੱਖਿਆ ਕਰਨੇ ਕੋਈ ਵੀ ਕੁਸਬੀਚਾਲੀ ਦਾ ਸਮਝੋ ਤੰਨੇ ਕੀਤਾ ਜਾਣਾ ਲੋੜ ਚਦਾ उन्हें आख्या की समूल मुल्क रमानदारी सद्भाव भाईचारे का माहौल भारत का उद्देश्य है तो सनातन धर्म का मुंडला सिद्धांत भी है हमने मूर्ति लगाई भारत माता की उसकी कीर्ति है उस कीर्ति को चार चांद लगाने वाला काम अब अपने गांव ने करना चाहिए उस गांव इस गांव के कारण आसपास के और दस गांव ऐसे ही बनने चाहिए उनका भी विकास होना चाहिए उसमें भी एकता होनी चाहिए हमने अच्छा बनना और अपने अच्छा इसे सबको अच्छा करना ये बड़ा पुण्य का काम है ये अगर आपसे होगा तो आपका गाँव एक पवित्र गाँव के नाते भी देखा जाएगा सहकारिता महकमे दिए सचिव यशा मुतकल और कल सिविल सेक्रेट्रियट सीनियर एल की बैठक लाइए महकमे के कामकाज का जायजा लैता ਇਸ ਮੌਕੇ ਪਰ ਮੈਕਮੇ ਕੰਨ ਸਰਬੰਧਤ ਕਈ ਸਾਰੇ ਮਾਮਲੇ ਉਪਰ ਚਰਚਾ ਕੀਤੀ ਗਈ ਜਿੰਦੇ ਚ ਨਵੀ ਸਹਿਕਾਰੀ ਸਮਿਤੀਆਂ ਦੇ ਪंजीकरण ਸਹੀ ਤਰੀਕੇ ਨਹੀਂ ਚਲਾ ਕਰਦੀ ਸਹਿਕਾਰੀ ਸਮਿਤੀਆਂ ਚ ਨਵੇਂ ਸਰੀਆ ਜਾਣ ਪਰ ਨੇ ਤੇ ਕੇਪੈਕਸ ਖਰਚੇ ਸਰਬੰਧੀ ਮਾਮਲੇ ਸ਼ਾਮਿਲ ਹੈ ਜੰਮੂ ਕਸ਼ਮੀਰ ਦੀਆਂ ਸਹਿਕਾਰੀ ਸਮਿਤੀਆਂ ਦੇ ਰਜਿਸਟਰਾਰੋ ਨੇ ਕਮਿਸ਼ਨਰ ਸੈਕਟਰੀ ਰਿੰਗੀ ਸੁਪਰ ਬਾਜ਼ਾਰ ਦੀ ਮੌਜੂਦਾ ਸਥਿਤੀ ਸਨ ਕਠੂਆ ਕਪਵਾੜਾ ਗਾਂਦਰਬਲ ਕਿਸ਼ਤਵਾੜ ਪੁਂਚ ਤੇ ਸ਼ਪਈਆਂ ਚ ਨਵੇਂ ਸੁਪਰ ਬਾਜ਼ਾਰ ਕਾਇਮ ਕਰਨੇ ਸਰਬੰਧੀ ਮਾਮਲੇ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਬੋਲਦੀ ਹੋਈ ਕਮਿਸ਼ਨਰ ਸੈਕਟਰੀਓ ਨੇ ਅਹਿਲ ਕਾਰਜ ਪਰ ਜ਼ੋਰ ਪਾਇਆ ਜੀਓ ਮੈਕਮੇ ਕੰਮਾਂ 'ਚ ਤੇਜ਼ੀ আনਨ ਤੇ ਮਹੀਨੇ-ਮਹੀਨੇ ਸਾ ਬੈਲਖਸ਼ ਤੈਅ ਕਰਿਏ ਉਹਨੇ ਕੀ ਆਸਲ ਕਰਨ ਉਹਨੇ ਅਹਿਲ ਕਰਨ ਕੀ ਪੀ ਆਖਿਆ ਜੀਓ ਸਹਿਕਾਰੀ ਸਮਿਤੀਆਂ ਦੇ 100% ਸਦਸਿਆਂ ਕੀ ਬੀਮਾ ਸੁਰੱਖਿਆ ਉਪਲਬਧ ਕਰਵਾਉਣੇ ਲਈ ਇੱਕ ਅਸਰਦਾਰ ਰਣਨੀਤੀ ਤਿਆਰ ਕਰਨ ਜੰਮੂ ਬਾਸ ੱਡੇ ਤੇ ਉੱਥੇ ਬਣਾਈ ਗਈ ਦੀ ਬਹੁਮੰਜ਼ਿਲਾ ਪਾਰਕਿੰਗ ਦੇ ਸਲੀਕੇ ਸਿਰ ਕੰਮਕਾਜ ਤੇ ਦਕਸ਼ਤਾ ਚ ਔਰ ਸੁਧਾਰ ਲਈ ਜੰਮੂ ਦੇ ਜ਼ਿਲ੍ਹਾ ਮੈਜਿਸਟਰੇਟ ਸਚਿਨ ਕੁਮਾਰੋ ਨੇ ਕੱਲ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਹਿਲ ਕਰਮਚਾਰੀ ਨੇ ਬੈਠਕ ਲਾਈ ਜ਼ਿਲ੍ਹਾ ਮੈਜਿਸਟਰੇਟ ਨੇ ਇਸ ਦੌਰੇ ਦਾ ਮੰਡਲਾ ਮਕਸਦ ਉੱਥੇ ਕੰਮ ਕਰਾ ਕਰਦੇ ਕਾਰੋਬਾਰੀਏ ਬੱਸ ਆਪਰੇਟਰਾਂ ਤੇ ਬਾਸ ੱਡੇ ਦੇ ਅੰਦਰ ਤੇ ਬਾਹਰ ਕੰਮ ਕਰਾ ਕਰਦੇ ਔਰ ਨੇ ਸਰਬੰਧਤ ਟੜਿੰਦੀਆਂ ਦਿੱਕਤਾਂ ਪਰੇਸ਼ਾਨੀਆਂ ਕੀ ਸੁਨਣਾ ਹਾ ਬੈਠਕ ਦਾ ਮਕਸਦ ਬਾਸ ੱਡੇ ਚ ਉਪਲਬਧ ਸਹੂਿਤਾਇਆਂ ਤੇ ਪਾਰਕਿੰਗ ਵਾਲੀ ਥਾਰੇ ਦੇ ਉਚਿਤ ਇਸਤੇ ਜੰਮੂ ਕਸ਼ਮੀਰ ਦੇ ਸੈਲਸਫਾ ਮੈਕਮੇ ਨੇ ਜੰਦੀ 12 ਅਕਤੂਬਰ ਤਮਾ ਮੁੰਬਈ ਦੇ ਨੈਰੋ ਸੈਂਟਰ ਵਰਲੀ ਚਲੁਆਏਗੇ ਤੇ ਤਰਾਂ ਦਿਨ ਦੇ ਇੰਡੀਆ ਇੰਟਰਨੈਸ਼ਨਲ ਟਰੈਵਲ ਮਾਰਟ ਚ ਹਿੱਸਾ ਲਿਆਤਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਕਬਕ ਸੈਲਸਫਾ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਪ੍ਰਦੇਸ਼ ਤਮਾ ਸੈਲਸਫਾ ਦੇ ਖੇਤਰ ਕਰਨੇ ਜੁੜੇ ਦੇ ਬਕਬਕ ਧੜੇ ਤੇ ਯਾਤਰਾ ਸਰਬੰਧੀ ਕਾਰੋਬਾਰ ਕਰਨੇ ਜੁੜੇ ਦੇ ਆਪਰੇਟਰੇ ਵੀ ਇਸ ਟਰੈਵਲ ਮਾਰਟ ਚ ਸਾਲਿਆ ਤਰਾਂ ਦਿਨ ਦੇ ਇਸ ਕਾਰਜਕ੍ਰਮ ਦੌਰਾਨ ਜੰਮੂ ਕਸ਼ਮੀਰ ਦੇ ਪੰਡਾਲ ਚ ਬਕਬਕ ਰਾਜਿੰਧ ਤਮਾ ਖਰੀਮਤੀ ਗਿੰਤਰੀ ਚ ਲੋਕ ਆਏ ਤੇ ਪ੍ਰ तो अखीर खास खास खबरेंत उपराज्यपाल मनोज सिन्हा जो जम्मू कश्मीर सरकार महिलाएं के सशक्तिकरण ते लिंग समानता यकीनी बनाने पूरी चाली समर्पित है युद्ध प्रभावित इजराइल सव अजेंोड़ी नौ सौ को मारतीय की ऑपरेशन अजय तैयत तो मुल्ख वापस ले आता गया मुख्य सचिव और कटड़ा च सना नराता उत्सव दो हजार त्रई का उदघाटन किया अरा मौके पर मां दुर्गा के ब्रह्मचारिणी रूप की पूजा अर्चना की आरएसएस प्रमुख मोहन भागवत हो ਅੱਜ ਤੇ ਮੁਲਕ ਦੀ ਸੁਰੱਖਿਆ ਦੇ ਨੁਕਸਾਨ ਪੂਜਾਨੇ ਵਾਲੇ ਕੰਨੇ ਪੂਰੀ ਸਖਤੀ ਕੰਨੇ ਨਿਬੜਿਆ ਜਾਣਾ ਲੋਡਦਾ ਇਹ ਦੇ ਕੰਨੇ ਗੇ ਖਬਰਿੰਦਾਏ ਬੁਲੇਟਿਨ ਸਮਾਪਤ ਹੋਆ